ਰਣਵੀਰ ਸਿੰਘ ਦੀ ਅਪਕਮਿੰਗ ਫਿਲਮ ਸਿੰਬਾ ਦਾ ਮੁੰਬਈ ਵਿੱਚ ਟ੍ਰੇਲਰ ਲਾਂਚ ਕੀਤਾ ਗਿਆ। ਇਸ ਮੌਕੇ ਤੇ ਫਿਲਮ ਦੀ ਸਟਾਰ ਕਾਸਟ ਰਣਵੀਰ ਸਿੰਘ, ਸਾਰਾ ਅਲੀ ਖਾਨ, ਡਾਇਰੈਕਟਰ ਰੋਹਿਤ ਸ਼ੈਟੀ, ਪ੍ਰੋਡਿਊਸਰ ਕਰਨ ਜੌਹਰ ਸਾਰੇ ਇੱਥੇ ਪ੍ਰੈਜ਼ੈਂਟ ਹੋਏ। ਇਸ ਦੌਰਾਨ ਸਾਰੇ ਕਾਫੀ ਐਕਸਾਈਟਿਡ ਲੱਗ ਰਹੇ ਸੀ ਤੇ ਫਿਲਮ ਨੂੰ ਲੈ ਕੇ ਇਹਨਾਂ ਸਾਰਿਆਂ ਨੇ ਮੀਡੀਆ ਨਾਲ ਖੂਬ ਸਾਰੀਆਂ ਗੱਲਾਂ ਕੀਤੀਆਂ। ਮੁੰਬਈ ਦੇ ਸੋਹੋ ਰੈਸਟੋਰੈਂਟ ਵਿੱਚ ਜੈਕਲੀਨ, ਇਸ਼ਾਨ ਖੱਟਰ, ਜਾਨਵੀ ਕਪੂਰ ਤੇ ਮੰਦਰਾ ਬੇਦੀ ਨੂੰ ਸਪੋਰਟ ਕੀਤਾ ਗਿਆ ਜੋ ਇੱਥੇ ਡਿਨਰ ਕਰਨ ਲਈ ਆਏ ਹੋਏ ਸੀ। ਸੋਨਾਲੀ ਬੇਂਦਰੇ ਕੈਂਸਰ ਦਾ ਇਲਾਜ ਕਰਵਾ ਕੇ ਵਾਪਸ ਮੁੰਬਈ ਆ ਗਈ ਹੈ ਤੇ ਉਹਨਾਂ ਨੂੰ ਮਿਲਣ ਉਹਨਾਂ ਦੇ ਘਰ ਸੁਜ਼ੈਨ ਖਾਨ ਤੇ ਗਾਇਤਰੀ ਓਬਰਾਏ ਪਹੁੰਚੀ ਤੇ ਉਹਨਾਂ ਨੇ ਇੱਥੇ ਉਹਨਾਂ ਦਾ ਹਾਲ ਚਾਲ ਜਾਣਿਆ।